ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮੁ ਅਲੈਕੁਮ ਸਾਡੀ YouTube ਫੈਮਿਲੀ ਕੀ ਹਾਲ ਹੈ ਤੁਹਾਡਾ ਸਾਰਿਆਂ ਠੀਕ ਹੋ ਓਏ ਜਮੇ ਵਧੀਆ ਅਲਹਮਦੁਲਿਲਾ ਸੀ ਬਿਲਕੁਲ ਠੀਕ ਆ ਤੇ ਤੁਹਾਡਾ ਮੇਰੀ YouTube ਫੈਮਿਲੀ ਬਜਾਵਾ ਕਹਾਣੀ ਸਲਾਮ ਵਿੱਚ ਸ਼ੁਕਰ ਕੀਤਾ ਤੁਹਾਡੇ ਨਾਲ ਗੁੱਸਾ ਨਹੀਂ ਲੱਗਾ ਪਰ ਗੁੱਸਾ ਲੱਗਾ ਤੇ ਬਾਅਦ ਵਿੱਚ ਅੱਛਾ ਲੱਗਾ ਤੇ ਨਹੀਂ ਐਪੀਸੋਡ ਸਾਰੇ ਬਜਾਵਾ ਤੇ ਹੁੰਦਾ ਸਲਾਮ ਤੇ ਮੇਰਾ ਤਰਜੀਹ ਹੈ ਯਾਰ ਯਾਰ ਕਿਸਮ ਕਿਆ ਅਸਲਾਮ ਅਲੈਕਮ ਕੀ ਹਾਲ ਹੈ ਸਾਰਿਆਂ ਦਾ ਅਲਹਮਦੁਲਿਲਾ ਸੀ ਬਿਲਕੁਲ ਠੀਕ ਆ ਤੁਹਾਡੇ ਦਾ ਦੁਆ ਕਰਦੇ ਤੁਸੀਂ ਸਭ ਸਾਰੇ ਠੀਕ ਰਹੋ ਤੇ ਇਹ ਦੇਖੋ ਇਹ ਜਿਹੜਾ ਹਸਬੰਡ ਸਾਹਿਬ ਹੈ ਮਿੱਠਾ ਖਾ ਖਾ ਤੇ ਆ ਮੋਟੇ ਹੋ बड़ा मकसद है बेचारे जी देखी जाएंगे आलू ही आएंगे दाल मूंगा तो आलू बने बड़े सलाह आलू क्योंकि उसके अलावा और कोई चीज हाथ लाने नहीं देनी सर जी प्लाज ला के आलू ही है कितना मोटा होना एक पैकेट पूरी फैमिली से पूरा तीस रुपए का एक पैकेट आया हम तीन पैकेट लेने पे पहले तीस रुपए का पैकेट आ पूरी फैमिली से पट जाता हम लेकिन तीस तो तीन नाल पचानवे रुपए दे पूरा होना बता रहे बच्चे स्कूल लग गए माशाल्लाह हूं तो शुक्र है उम्र भी साथ मोटरसाइकिल लै जाता बच्चे एक चक्कर होता पहले सर्दी बड़ा मुश्किल दिन दो चक्कर होता है मोटरसाइकिल बच्चे स्कूल छोड़ना इस वजह से हम उम्र एक चक्कर से लै जाते एक तो खुद जाते छोड़ के फिर वापस डेरे का काम किया फिर इस माँ के रोटी खाना सारा ले लिया ए देखो भाई बन रहे हैं क्योंकि इन्हें लंबिया लंबिया रखी हैं सोचो तो आराम आराम ना हिला रहे हैं सिलेंडर बिल्कुल ऐसा कर देता रोटी बना रहे हैं आटा पहले गुन्ने फड़े थी तो सेमियां सारा दिन तक दिया लेकिन रोटी ऐसी रात दिन दी भाई इकट्ठी पका देने हैं ਰਾਤੀ ਕੋਲ ਅੰਮੀ ਕੋਲ ਪੱਕੇ ਕੋ ਨਹੀਂ ਜਾਣੀ ਅੰਬਲੇ ਇਸ ਵਜ੍ਹਾ ਤੋਂ ਮੈਂ ਰਾਤ ਦੇ ਇਕੱਠੀ ਬਣਾ ਦੇਣੀ ਇਸ ਗੱਡੀ ਤੇ ਮੈਂ ਲਾਣੀ ਹੁੰਦੀ ਆ ਮੇਰੇ ਕੋਲ ਹੱਥ ਤੇ ਨਹੀਂ ਲੱਗਦੀ ਅੰਮੀ ਹੱਥ ਲਾ ਲੈਣੀ ਮੈਂ ਇਸ ਗੱਡੀ ਤੇ ਲਾਣੀ पापड़ बना के और तो मेरा तो ना और के सेमिया वाला और तो बच्चे में टाइम हो रहा है इतना जल्दी हां ने साल रह गया सालम के दे
ਪਾਪੜ ਮੇ ਬਣਾ ਜੀ ਆ ਦੇਖੋ ਜੀ ਮਾਸ਼ਾਅੱਲਾ ਇਹਨਾਂ ਨੂੰ ਤੋ ਬਣਾਣ ਕੇ ਉਮੀ ਬਣਾ ਅੱਛਾ ਮੈਂ ਪੇੜਾ ਜਾ ਕੇ ਦੇ ਮੈਂ ਸੇ ਕੁੜ ਕੁਣੀ ਰੋਟੀ ਬੜੀ ਮਜ਼ੇ ਦੀ ਕਰੀ ਜੇ ਬਿਸਮਿਲਲਾ ਸੇਮੀ ਨੂੰ ਹੁਣ ਤਾਂ ਬਾਜ਼ਾਰ ਵਾਲੀ ਸੇਵੀਆਂ ਪਹਿਲੇ ਘਰ ਵਾਲੀ ਸੇਵੀਆਂ ਦਾ ਬੜਾ ਜ਼ਾਇਕਾ ਅੱਛਾ ਹੁੰਦਾ ਹਾ ਜਿਹੜੇ ਹੱਥ ਮਸ਼ੀਨ ਤੇ ਵੱਟਦੇ ਆ ਮੈਦੇ ਆਟੇ ਦੇ ਲੈਟ ਤਾਂ ਸਿਆਪਾ ਪੜ ਗਿਆ ਲੈਟ ਚਲੀ ਗਈ ਹੈ ਅੰਮੀ ਦਾ ਪੱਖਾ ਆਹੋ ਬਈ ਅੰਮੀ ਲਾਇਓ ਜਾਈ ਸੋਲਾ ਤੇ ਤੁਹਾਡਾ ਉਹਨੂੰ ਕੋਈ ਪਤਾ ਨਹੀਂ ਅੰਮੀ ਦੀ ਮੰਜੀ ਤੇ ਪੱਖਾ ਚੱਲਿਆ ਰਾਣਾ ਬਿਜਲੀ ਚਲੀ ਗਈ ਇੱਕ ਹੈ ਤੇ ਚਲੋ ਫਿਰ ਤੁਹਾਡੇ ਨਾਲ ਅੱਜ ਵੀਡੀਓ ਜਿਹੜੀ ਬਲੋਗ ਤੁਹਾਡਾ ਸ਼ੇਅਰ ਕਰ ਦਿੱਤਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ ਆਪਣਾ ਖਿਆਲ ਰੱਖੋ ਆਪਣੀ ਫੈਮਲੀ ਦਾ ਖਿਆਲ ਰੱਖੋ ਤੇ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ ਦੁਆਵਾਂ ਦੀ ਯਾਦ ਰੱਖੋ ਅਸੀਂ ਤੁਹਾਨੂੰ ਦੁਆਵਾਂ ਯਾਦ ਰੱਖਾਂਗੇ ਤੇ ਤੱਕ ਤੁਹਾਡੀ ਇਜਾਜ਼ਤ ਚਾਹੁੰਦਾ ਅੱਲਾਹ ਹਾਫਿਜ਼।